ਤੇਰੇ ਹੁਣ ਪੈਣੀਆਂ ਵੋਟਾਂ ਨੀ ਅੱਧਾ ਪਿੰਡ ਹੁਣ ਆਪਣੀ ਸ਼ਾਨੀ ਭਰਦਾ ਨੀ ਸ਼ੀਲਾ ਆ ਅੱਧਾ ਪਿੰਡ ਹੁਣ ਆਪਣੀ ਹਾਨੀ ਭਰਦਾ ਨੀ ਸ਼ੀਲਾ ਉਹ ਮੇਰਾ ਵੀ ਸਰਪੰਚੀ ਨੂੰ ਜੀ ਕਰਦਾ ਨੀ ਮੈਂ ਨਟਵਰ ਲਾਲ ਪੇਸ਼ ਕਰਦਾ ਹਾਂ ਯੂ ਫੋਰ ਨਿਊਜ਼ ਤੋਂ ਪੰਜਾਬੀ ਖਬਰਾਂ। ਅੰਮ੍ਰਿਤਸਰ ਵਿਖੇ ਪਿੰਡ ਦਸ਼ਮੇਸ਼ ਨਗਰ ਹਲਕਾ ਜੜਿਆਲਾ ਗੁਰੂ ਦੇ ਕਾਂਗਰਸੀ ਪਾਰਟੀ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਡਾਲਾ ਦੀ ਅਗਵਾਈ ਹੇਠ ਕਾਂਗਰਸੀ ਪਾਰਟੀ ਦੇ ਸਰਪੰਚ ਰਣਜੀਤ ਸਿੰਘ ਨੂੰ ਥਾਪਿਆ ਗਿਆ ਅਤੇ ਪਿੰਡ ਦੇ ਲੋਕਾਂ ਵੱਲੋਂ ਬੜੇ ਪਿਆਰ ਨਾਲ ਡੋਰ ਟੂ ਡੋਰ ਵੋਟਾਂ ਮੰਗੀਆਂ ਗਈਆਂ। ਇਸ ਮੌਕੇ ਦੇ ਪ੍ਰਧਾਨ ਨਿਰਮਲ ਸਿੰਘ, ਸੁਖਪਾਲ ਸਿੰਘ, ਸਰਪੰਚ ਕੁਲਵੰਤ ਸਿੰਘ, ਵਿਕਰ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ। ਲੜ ਰਿਹਾ ਮੈਨੂੰ ਮੇਰੇ ਹਲਕਾ ਵਿਧਾਇਕ ਤਾਂ ਡੈਨੀ ਜੀ ਨੇ ਕੱਪੜਾ ਦੇ ਕੇ ਪਿੰਡ ਦੇ ਚੰਗੇ ਕਾਰਜ ਕਰਨ ਵਾਸਤੇ ਉਹਨਾਂ ਨੂੰ ਮੈਂ ਇੱਕ ਉਮੀਦਵਾਰ ਐਲਾਨਿਆ। ਮਹਾਰਾਜ ਨੇ ਤਾਜ ਬਖਸ਼ਿਆ ਅਤੇ ਪਿੰਡ ਦਸ਼ਮੇਸ਼ ਨਗਰ ਦਾ ਨਾਂ ਇੱਕ ਨਕਸ਼ੇ 'ਤੇ ਲਿਆਉਣਾ ਚਾਹੁੰਦਾ ਵਾਂ। ਉਹਨਾਂ ਦੇ ਕਹਿ ਪੂਰਨਿਆਂ 'ਤੇ ਆਪਾਂ ਪੂਰੇ ਉਤਰਾਂਗੇ। ਪਿੰਡ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿਆਂਗੇ। ਸਭ ਤੋਂ ਪਹਿਲਾਂ ਮੇਰੀ ਮੇਨ ਉਪਰਾਲਾ ਹੋਊਗਾ, ਏਜੰਡਾ ਵਾ ਪਿੰਡ ਦਾ ਵਿਕਾਸ ਕਰਨਾ। ਸਭ ਤੋਂ ਪਹਿਲਾ ਕੰਮ ਹੋਊਗਾ ਵੀ ਪਿੰਡ ਲੜਕੀਆਂ ਦਾ ਮੈਂ ਕਾਲਜ ਬਣਾਉਣਾ ਚਾਹੁੰਦਾ ਵਾਂ BA ਤੱਕ ਦੇ। ਪਹਿਲਾਂ ਸਭ ਤੋਂ ਮੇਰੀ ਪੁਰਜ਼ੋਰ ਅਪੀਲ ਹੋਊਗੀ ਅਤੇ ਮੰਗ ਹੋਊਗੀ ਸਰਕਾਰ ਕੋਲੋਂ, ਅਤੇ ਮੈਂ ਲੈ ਕੇ ਵੀ ਆਊਂਗਾ ਆਪਣੇ ਹਲਕਾ ਵਿਧਾਇਕ ਦੇ ਗਾੜੀ ਇਹ ਕਹਿ ਕੇ। ਅਤੇ ਦੂਜਾ, ਪਿੰਡ ਦੇ ਵਿੱਚ ਕੋਈ ਵੀ ਵਿਕਾਸ ਦਾ ਕੰਮ ਅਧੂਰਾ ਨਹੀਂ ਰਹਿਣ ਦਊਂਗਾ। ਇੱਕ ਗਰਾਊਂਡ ਬਣਾਈ ਆ ਜਿਹੜੀ ਨਵੀਂ ਹੁਣ ਨੌਜਵਾਨ ਪੀੜ੍ਹੀ ਵਾਸਤੇ, ਉਹਦੇ ਵਾਸਤੇ ਜੋ ਵੀ ਉਪਰਾਲਾ ਉੱਪਰ ਤੋਂ ਮਿਲਿਆ ਆਪਾਂ ਲੈ ਕੇ ਸਟੇਡੀਅਮ ਵੀ ਬਣਾਵਾਂਗੇ। ਵੱਧ ਤੋਂ ਵੱਧ ਜੋ ਵੀ ਪਿੰਡ ਦਾ ਵਿਕਾਸ, ਦੋ ਸੜਕਾਂ ਪਿੰਡ ਦੇ ਵਿੱਚ ਬਣਨ ਵਾਲੀਆਂ ਸੀ ਬੜੀ ਜ਼ਰੂਰੀ। ਇੱਕ ਮੇਨ ਸੜਕ ਸੀ ਸਾਡੀ ਸੂਏ ਦੀ ਗਦਲੀ ਵਾਲੇ ਪੁਲ ਤੋਂ ਲੈ ਕੇ ਅਤੇ ਤਰਸਕੇ ਵਾਲੇ ਨਹਿਰ ਦੇ ਪੁਲ ਤੱਕ, ਦੂਜੀ ਸਾਡੇ ਪਿੰਡ ਤੋਂ ਲੈ ਕੇ ਅਤੇ ਕੋਟ ਖੇੜੇ ਤੱਕ। ਇਹ ਸੜਕਾਂ ਮੈਂ ਆਪਣੇ ਹਲਕਾ ਵਿਧਾਇਕ ਕੋਲੋਂ ਲੈ ਕੇ ਇਲਾਕੇ ਨੂੰ ਦੇਣਾ ਚਾਹੁੰਦਾ ਦੇਣ, ਜਿਹੜੀ ਕਿ ਬਹੁਤ ਵੱਡੀ ਘਾਟ ਹੈ ਸਾਡੇ ਲੋਕ ਇਲਾਕੇ ਦੇ ਵਿੱਚ। ਪੀੜ੍ਹੀ ਅਤੇ ਨੌਜਵਾਨ ਜਿੰਨੇ ਵੀ ਆ, ਸਰਦਾਰ ਰਣਜੀਤ ਸਿੰਘ ਰਾਣਾ ਸਰਪੰਚ, ਅਤੇ ਬਹੁਤ ਹੀ ਵਧੀਆ ਸੂਝਵਾਨ, ਅਤੇ ਪੂਰਾ ਨਗਰ ਇਹਨਾਂ ਦਾ ਸਹਿਯੋਗ ਦੇ ਰਿਹਾ, ਅਤੇ ਜਿੰਨੇ ਵੀ ਨੌਜਵਾਨ ਆ ਅਸੀਂ ਸਾਰੇ ਇਹਨਾਂ ਦਾ ਸਹਿਯੋਗ ਦੇ ਰਹੇ ਹਾਂ। ਬਹੁਤ ਹੀ ਵਧੀਆ ਅਤੇ ਸੂਝਵਾਨ ਇਹ ਸਾਡੇ ਪਿੰਡ ਦੇ, ਅਤੇ ਇਹਨਾਂ ਨੂੰ ਪਿੰਡ ਵਾਸੀਆਂ ਨੇ ਸਰਪੰਚ ਚੁਣਿਆ, ਅਤੇ ਸਾਨੂੰ ਇਹੋ ਉਮੀਦ ਆ ਕਿ ਪਿੰਡ ਦਾ ਵਿਕਾਸ ਕਰਨ, ਤਾਂ ਜੋ ਆਉਣ ਵਾਲੇ ਪੀੜ੍ਹੀ ਨੂੰ ਵੀ ਪਤਾ ਲੱਗੇ ਕਿ ਵਾਕਿਆ ਹੀ ਸਰਪੰਚ ਖਲੋਤੇ ਅਤੇ ਉਹਨਾਂ ਪਿੰਡ ਦਾ ਬਹੁਤ ਵਧੀਆ ਵਿਕਾਸ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਡਾ ਪਿੰਡ ਹੁਣ ਆਪਣੀ ਸ਼ਾਨੀ ਭਰਦਾ ਨੀ ਸ਼ੀਲਾ ਆ ਅੱਡਾ ਪਿੰਡ ਹੁਣ ਆਪਣੀ ਹਾਨੀ ਭਰਦਾ ਨੀ ਸ਼ੀਲਾ ਉਹ ਮੇਰਾ ਵੀ ਸਰਪੰਚੀ ਨੂੰ ਜੀ ਕਰਦਾ ਨੀ ਸ਼ੀਲਾ।